ਸੋ ਜਿਹੜੀ ਗਲਤੀ ਵੀ ਨਹੀਂ ਆ ਉਹਦੇ ਲਈ ਜੇਲ੍ਹ ਜਾਣਾ ਬਹੁਤ ਫੀਲ ਹੋਇਆ ਸੁਸਾਈਡ ਕਰਨ ਕੀਤੀ ਆ ਮੈਂ ਘਰ ਸਹੀ ਗੱਲ ਆ ਨਜਾਇਜ਼ ਹੀ ਕੁੜੀ ਦੇ ਉੱਤੇ ਝੂਠੇ ਪਰਚੇ ਹੋ ਗਏ ਨਜਾਇਜ਼ ਹੀ ਐਲੀਗੇਸ਼ਨ ਲੱਗ ਗਏ ਨਜਾਇਜ਼ ਹੀ ਇਹਨੂੰ ਫਸਾਇਆ ਗਿਆ ਝੂਠੇ ਇਲਜ਼ਾਮ ਲਗਾ ਕੇ ਅੰਦਰ ਵੀ ਹੋ ਆਈ ਹੈ 40-45 ਦਿਨ ਵੀਜ਼ਾ ਲੱਗਿਆ ਸੀ ਇਹਦਾ ਅੰਦਰ ਦਾ ਸੁਸਾਈਡ ਵੀ ਕੀਤੀ ਹੈ ਕੋਸ਼ਿਸ਼ ਮੈਨੂੰ ਸਮਝ ਨਹੀਂ ਆਉਂਦੀ ਲੋਕੀ ਕੋਸ਼ਿਸ਼ ਕਿਉਂ ਕਰਦੇ ਆ ਕੰਪਲੀਟ ਕਿਉਂ ਨਹੀਂ ਹੁੰਦਾ ਕਈਆਂ ਦਾ ਕੰਮ ਹੈ ਕੋਸ਼ਿਸ਼ ਕੀਤੀ ਹੋਇਆ ਨਹੀਂ ਸੁਸਾਈਡ ਯਾਰ ਇੱਕ ਮਿੰਟ ਲੱਗਦਾ ਸਾਲਾ ਕੋਠੇ ਤੋਂ ਡਾਈ ਮਾਰ ਦਿਓ ਨਹਿਰ 'ਚ ਡਾਈ ਮਾਰ ਦਿਓ ਟਰੱਕ ਥੱਲੇ ਆ ਜਾਓ ਕੁੱਤੇ ਦੀ ਮੌਤ ਮਰ ਜਾਓ ਇੱਕ ਮਿੰਟ ਲੱਗਦਾ ਫਿਰ ਕੋਸ਼ਿਸ਼ ਕੀਤੀ ਹੀ ਕਿੰਨੀਆਂ ਟ੍ਰੇਨਾਂ ਚੱਲਦੀਆਂ ਹੈ ਨਾ ਦਿਓ ਸਿਰ ਥੱਲੇ ਆਪੇ ਕੋਸ਼ਿਸ਼ ਕੰਪਲੀਟ ਹੋ ਜਾਣੀ ਹੈ ਕੋਸ਼ਿਸ਼ ਕੀਤੀ ਹੀ ਉਹ ਮਰ ਗਿਆ ਇੱਥੇ ਗੱਡੀ ਥੱਲੇ ਸਿਰ ਦੇ ਕੇ ਤੇਰੇ ਤੇ ਕਾਰਨਾਮੇ ਰੋਮੀ ਦਾ ਸੁਭਾਅ ਬੜਾ ਗਰਮ ਹੈ ਇਹ ਇੰਟਰਵਿਊ ਦੇ ਰਹੀ ਹਾਂ ਮੈਂ ਦੇ ਰਹੀ ਹਾਂ ਸੱਚਾਈ ਸੱਚਾਈ ਦੱਸਣ ਦੀ ਕੋਸ਼ਿਸ਼ ਕਰੂਗੀ ਸਤਿ ਸ਼੍ਰੀ ਅਕਾਲ ਮੇਰੀਆਂ ਭੈਣਾਂ ਤੇ ਭਰਾਵਾਂ ਉਮੀਦ ਕਰਦਾ ਸਾਰੇ ਠੀਕ ਠਾਕ ਤੇ ਖੁਸ਼ ਹੋਣਗੇ ਔਰ ਨਵੇਂ ਸਾਲ ਦੀਆਂ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਔਰ ਚੈਨਲ ਤੇ ਜਿਹੜੇ ਨਵੇਂ ਆਏ ਆ ਪਤਾ ਹੀ ਤੁਹਾਨੂੰ ਕੀ ਕਰਨਾ ਤੇ ਅੱਜ ਦੀ ਜਿਹੜੀ ਵੀਡੀਓ ਜ਼ਿਆਦਾ ਲੰਬੀ ਨਹੀਂ ਹੈ ਬਸ ਛੋਟਾ ਜਿਹਾ ਇੱਕ ਮੈਸੇਜ ਦੇਣਾ ਚਾਹੁੰਦਾ ਦੇਖੋ ਇਹ ਹੁਣ ਪਹਿਲਾਂ ਇੱਕ ਟਾਈਮ ਸੀਗਾ ਜਿਹੜੇ ਲੋਕ ਗਲਤ ਕਮੈਂਟ ਕਰਦੇ ਬਕਵਾਸ ਕਰਦੇ ਆ ਨਾ ਜਦ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗੀ ਕਿ ਜਿੰਨਾ ਤੁਹਾਡੇ ਘਰ ਦਾ ਰਾਸ਼ਨ ਆਉਂਦਾ ਨਾ ਤੁਹਾਡੇ ਸਾਰੇ ਟੋਟਲ ਘਰ ਦਾ ਖਰਚਾ ਮਿਲਾ ਕੇ ਉਹਨੇ ਪੈਸੇ ਜਿੱਦਾਂ ਮੇਰੀਆਂ ਜੁੱਤੀਆਂ ਆਉਂਦੀਆਂ ਸੀਰੀਅਸਲੀ ਮੇਰੀ ਜੁੱਤੀਆਂ ਵੀ ਉਸ ਤੋਂ ਮਹਿੰਗੀਆਂ ਕੀ ਇਹਨੇ ਬਹੁਤ ਅੱਤ ਚੁੱਕੀ ਸੀ ਤੁਹਾਨੂੰ ਪਤਾ ਹੀ ਹੈ ਨਾ ਕਿ ਇਹਨੂੰ ਲੱਗਦਾ ਹੈ ਕਿ ਮੇਰਾ ਜੋ ਟਾਈਮ ਚੱਲ ਰਿਹਾ ਹੁਣ ਬਸ ਮੈਂ ਹੁਣ ਇੱਦਾਂ ਹੀ ਚੱਲਦੀ ਰਹਿਣਾ ਆ ਇੱਦਾਂ ਹੀ ਫੇਮਸ ਹੋ ਜਾਣਾ ਪਰ ਕਹਿੰਦੇ ਨਾ ਸਮੇਂ ਦਾ ਪਤਾ ਨਹੀਂ ਲੱਗਦਾ ਵੀ ਕਦੋਂ ਕੀ ਹੋ ਜਾਣਾ ਔਰ ਜਿੰਨੀ ਇਹਦੀ ਮਤਲਬ ਫੈਨ ਫੋਲੋਇੰਗ ਸੀ ਜਿੰਨੇ ਲੋਕ ਇਹਨੂੰ ਦੇਖਦੇ ਸੀ ਜੇ ਚਾਹੁੰਦੀ ਤੇ ਆਪਣੇ ਆਪ ਨੂੰ ਹੋਰ ਵਧੀਆ ਲੋਕਾਂ ਦੇ ਵਿੱਚ ਆਪਣੀ ਹੋਰ ਵਧੀਆ ਇਮੇਜ ਬਣਾ ਸਕਦੀ ਸੀ ਪਰ ਨਹੀਂ ਕਰਨਾ ਤੇ ਉਹੀ ਗੰਦ ਪੁਣਾ ਖਿਲਾਰਨਾ ਸੀ ਤੇ ਆਖਰ ਇੱਕ ਨਾ ਇੱਕ ਦਿਨ ਇਹਨੂੰ ਸਾਰਿਆਂ ਨੇ ਮੋੜਿਆ ਸਾਰੇ ਲੋਕਾਂ ਨੇ ਮਤਲਬ ਇਹਨੂੰ ਬਹੁਤ ਰੋਸਟ ਲੋਕਾਂ ਰੋਸਟ ਵੀ ਕੀਤਾ ਆ ਬੜੇ ਜਾਣਿਆਂ ਨੇ ਔਰ ਇਹਨੂੰ ਸਾਰਿਆਂ ਨੇ ਮੋੜਿਆ ਆ ਵੀ ਨਾ ਕਰ ਨਾ ਕਰ ਹਟੀ ਨਹੀਂ ਔਰ ਐਂਡ ਨਤੀਜਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਸਾਰਿਆਂ ਦੀ ਆਪਣੀ ਜਸਮੀ ਸੋ ਕੇਸ ਦੀ ਰਿਕਾਰਡਿੰਗ ਮੈਂ ਸੱਚੀ ਮੈਂ ਆਪਣੇ ਬਿਆਨ ਦੇਣਾ ਚਾਹੁੰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸੋ ਤੁਹਾਨੂੰ ਸਾਰਿਆਂ ਨੂੰ ਇਹ ਨਾ ਲੱਗੇ ਕਿ ਤੁਹਾਡੀ ਜਸਮੀਨ ਨੇ ਸਾਰਾ ਕੁਛ ਕੀਤਾ ਮੈਂ ਸੱਚੀ ਹੁਣ ਮੈਂ ਮਤਲਬ ਮੇਰਾ ਇੰਨਾ ਕੁ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਕਿ ਮੇਰੀਆਂ ਨਜਾਇਜ਼ ਵੀਡੀਓਜ਼ ਰਿਕਾਰਡਿੰਗਾਂ ਐਡਿਟ ਕਰ ਕਰਕੇ ਮੈਨੂੰ ਬਦਨਾਮ ਕਰਨ ਅੱਛਾ ਇਹ ਕਹਿ ਰਹੀ ਹੈ ਵੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਡਿਟ ਕਰ ਕਰਕੇ ਇਹ ਦੱਸੋ ਮੈਨੂੰ ਕੋਈ ਮੇਰਾ ਵੀਰ ਵੀ ਆਹ ਜਿਹੜੀ ਵੀਡੀਓ ਹੈ ਜਿੰਨੀਆਂ ਵੀਡੀਓ ਬਣਾ ਰਹੀ ਹੈ ਇਹ ਐਡਿਟ ਨੇ ਕੌਣ ਕਰ ਰਿਹਾ ਇਹ ਕੋਈ ਤਾਂ ਨਹੀਂ ਕਰ ਰਿਹਾ ਇਹ ਹੋ ਜਾਂਦਾ ਨਤੀਜਾ ਐਂਡ ਕੀ ਹੁੰਦਾ ਕਿ ਅੱਜ ਲੋਕਾਂ ਦੇ ਅੱਗੇ ਹੱਥ ਜੋੜ ਜੋੜ ਕੇ ਕਹਿ ਰਹੀ ਹੈ ਸਫਾਈਆਂ ਦੇ ਰਹੀ ਹੈ ਕਿ ਮੈਂ ਸੱਚੀ ਹਾਂ ਆਪਣੀ ਜਗ੍ਹਾ ਮੈਂ ਸੱਚੀ ਹਾਂ ਮੈਂ ਕਦੀ ਵੀ ਕੋਈ ਗਲਤ ਕੰਮ ਨਹੀਂ ਕੀਤਾ ਅੱਜ ਤੱਕ ਮੈਂ ਕਦੀ ਕਿਸੇ ਨਾਲ ਮਤਲਬ ਧੋਖਾਧੜੀ ਨਹੀਂ ਕੀਤੀ ਮਤਲਬ ਇਹ ਹਰ ਪਾਸੋਂ ਠੀਕ ਹੈ ਜਦੋਂ ਇਹਦਾ ਟਾਈਮ ਸੀ ਉਦੋਂ ਇਹਦੀ ਆਪਸ ਇਹੋ ਹੀ ਆਕੜ ਸੀ ਇਹਦੀ ਇਹੋ ਹੀ ਬਸ ਈਗੋ ਸੀ ਵੀ ਮੈਨੂੰ ਕਹਿੰਦੀ ਕਿਸੇ ਚੀਜ਼ ਦੀ ਕਮੀ ਨਹੀਂ ਆ ਜਿੰਨਾ ਤੁਹਾਡੇ ਘਰ ਦਾ ਰਾਸ਼ਨ ਓਨੀਆਂ ਤੇ ਮੇਰੇ ਘਰ ਦੀ ਜੁੱਤੀਆਂ ਓਨੀ ਤੇ ਮੈਂ ਜੁੱਤੀਆਂ ਹੀ ਪਾਉਂਦੀ ਹਾਂ ਕਿ ਜਿੰਨਾ ਤੁਹਾਡੇ ਘਰ ਦਾ ਰਾਸ਼ਨ ਆਉਂਦਾ ਨਾ ਤੁਹਾਡੇ ਸਾਰੇ ਟੋਟਲ ਘਰ ਦਾ ਖਰਚਾ ਮਿਲਾ ਕੇ ਓਨੇ ਪੈਸੇ ਜਿੱਦਾਂ ਮੇਰੀਆਂ ਜੁੱਤੀਆਂ ਆਉਂਦੀਆਂ ਸੀਰੀਅਸਲੀ ਮੇਰੀ ਜੁੱਤੀਆਂ ਵੀ ਉਸ ਤੋਂ ਮਹਿੰਗੀਆਂ ਅੱਜ ਉਹ ਜੁੱਤੀਆਂ ਹੁਣ ਸਿਰ 'ਚ ਮਾਰ ਲਾ ਆਪਣੇ ਹੁਣ ਅੱਜ ਜੁੱਤੀਆਂ ਸਿਰ 'ਚ ਵੱਜਣ ਦੀਆਂ ਸਾਰੇ ਪਾਸੋਂ ਹੈ ਨਾ ਜਿੰਨਾ ਤੁਹਾਡੇ ਘਰ ਦਾ ਰਾਸ਼ਨ ਹੈ ਨਾ ਓਨੇ ਮੇਰੀਆਂ ਤੇ ਜੁੱਤੀਆਂ ਦੇ ਮਹਿੰਗੀਆਂ ਹੈ ਨਾ ਅੱਜ ਉਹ ਹੀ ਜੁੱਤੀਆਂ ਦੇ ਸਿਰ 'ਚ ਵੱਜ ਰਹੀਆਂ ਹੁਣ ਉਹ ਮਹਿੰਗੀਆਂ ਸਸਤੀਆਂ ਦਾ ਕੋਈ ਮਤਲਬ ਉਹ ਨਹੀਂ ਹੈ ਜੁੱਤੀਆਂ ਜੁੱਤੀਆਂ ਹੀ ਵੱਜ ਰਹੀਆਂ ਸਿਰ 'ਚ ਹੁਣ ਹਰ ਪਾਸੋਂ ਇਹ ਨਤੀਜਾ ਹੁੰਦਾ ਆ ਇਹ ਐਂਡ ਨਿਕਲਦਾ ਆ ਔਰ ਇੱਕ ਵੀਡੀਓ ਇਹ ਵੀ ਦੇਖ ਲਓ ਤੁਸੀਂ ਹੋਰ ਫਾਲਤੂ ਬਕਵਾਸ ਕਰਦੇ ਆ ਨਾ ਦਸਤੇ ਜੇ ਤੇ ਗਸਤੀਆਂ ਬਕਵਾਸ ਕਰਦੇ ਗੰਦ ਪਾਏ ਕਹੇ ਅਸੀਂ ਬਹੁਤ ਸਹੀ ਆ ਹਨਾ ਗਾਂਡੂ ਜੇ ਲੋਕ ਤੁਸੀਂ ਨਾ ਮਹੀਨੇ ਦਾ 2 ਲੱਖ ਮੇਰੇ ਅਕਾਊਂਟ ਚ ਪਾ ਦਿਆ ਕਰੋ ਮੈਂ ਆਪਣਾ ਅਕਾਊਂਟ ਡਿਲੀਟ ਕਰ ਦਈਏ ਮੇਰਾ ਵਾਅਦਾ ਸਟਾਂਪ ਪੇਪਰ ਤੇ ਲਿਖਾ ਦੂ ਗਾਂਡੂ ਉਹ ਸਾਲਿਓ ਆਪ ਤਾਂ ਤੁਹਾਨੂੰ ਕੁਛ ਹੁੰਦਾ ਨਹੀਂ ਤੁਹਾਨੂੰ ਹੱਥ ਜੋੜ ਕੇ ਇਹੀ ਕਹੂੰਗੀ
कि मेरा साथ दिता जाए। सो जिन्हें लोग मेनू प्यार करते सो मेनू सुनते हैं मेनू देखते हैं प्लीज मेरी हाथ जोड़ के बेनती है कि मेनू सपोर्ट की जाए। सो मेनू कल कुछ भी होंगे तेरे अर्गी कुड़ी सुसाइड कर भी ले ना वैसे कोई फर्क नहीं पैना किसी मैं तेन सही दसा ना अच्छे तेरे अर्गी कुड़ी कोई सुसाइड कर भी लेगी ना किसी कोई फर्क नहीं पैना। ये बड़ी अच्छी सब लोगों ने कहना चंगा ही हो गंद मुकया भैन बात सही है कोई फर्क नहीं पैना किसी ठीक है तेरे अर्गा गंद मुकेगा सगो लोगों ने कहना चंगा ही हो गंद मुकया अपने साढ़े धियां पुत्र जेडे आ चीज देखने तो हूँ बचनगे कोई फायदा नहीं यह गल करके हमदर्दी वाली किसी की सेहत पर कोई असर नहीं है ठीक है। और सगो तेरे तो बड़ा कुछ सीखने को मिले भी आ सच्चाई होंगी है गंद पाने का नतीजा एंड की होंगे ठीक है। वेखो सफाइया दे रहे अज सफाइया देनिया पै रही सच झूठ की है, है? वाह कद पेरेंट्स के वालों जा कद रिश्तेदार वालों भी नहीं चीज आई मैं रिश्तेदार वालों तो देखो रिश्तेदार तो सारे ही इदा के होंगे सो मैं हमेशा ही मैं ये ताने सुनने को मिले कि तू ये की कर दिया है ना भी तू की दिखाई जा रही है ये सारा कुछ सही नहीं है तू कुछ सूट के वीडियो पाया कर है ना। बिलकुल ठीक है सही गल है कि रिश्तेदार तो वाकई मतलब पागल होंगे रिश्तेदार तो शदाई ने जोड़े साले सू रोकते हैं ना कि आप मतलब चाहे जो मर्जी करिए आप जो मर्जी गंद पाइए सू रोक रोकने वाले वो कौन होंगे रिश्तेदार कौन होंगे तो अज फिर इतने तू कि अंब लैन आई है माफिया मंगन आई है अज तू इतने अंब लैन आई है हूँ जे तू अपनी जगह सही है जे तू कोई नहीं किसी ने तू चोरी नहीं की तू डाका नहीं मारिया ना किसी का यही कहूंगी कि मैं लाइफ च ऐदां दी वीडियोस पानी है मैं कभी किसी नूं ब्लैकमेल नहीं किया ना ही मैं किसी नूं नजायज तंग किया सो ना ही मैं चोरियां कीतियां ना ही मैं रेप किते आ मतलब मैं जो भी करदी आ मतलब एक हद दे विच रह के करदी आ कि जिहदे नाल किसी दा कोई नुकसान ना हो ते फिर तू इत्थे माफिया मंगण कानू आ रही अपनी सफाइयां देण कानू आ रही है जे तू सही है ते आपे तेरा इंसाफ मतलब हो ही जाणा। सो असीं देखते हाँ अगर असीं तुहाडी लाइफ की गल करिए प्रोफेसनल लाइफ की तो तुसीं बहुत सारिया वीडियोज़ पाते हो बहुत सारिया फोटोज़ पाते हो सो जसनीत की लगता है कि जो तुसीं वीडियोज़ पाते हो वह सही है। मैम बिल्कुल सही वो मेरा प्रोफेसनल काम है सो मैनू नहीं लगता वो कुछ गलत है देखो है ना भी मैनू नहीं मैनू चंगा लगता इदा दी वीडियोज़ पाई सो मैं कदे भी नहीं लग्या कि मैं कुछ गलत कर रही हूँ मतलब एदा प्रोफेशन ही प्रोफेशन तो पता लग ही गया ही भी लोगों ने तू शदाई बना बना के फुद्दू बना बना के लोगों को तू पैसे ठगती रही है ना ये तेरा प्रोफेशन ही गा ये गलत नहीं करती रही गलत ही गे मुंडे गलत ही दुनिया जिड़ी कि लोग इनू वेख के गाला कट दे ओ गलत ही गलत है थोड़ी है अज गलत नहीं है तो अज तेरा यह जलूस क्यों निकलिया और यह इज्जत रह जाती है यह हालत हो जाती होंगी है कि मैं यो गल कह भी यह चीज़ों से कुछ नहीं रख्या जिन्या भी कुड़िया ने अत चुकी दी है जिन्या भी कुड़िया ने इस वे अत चुकी दी है नतीजा यो ही निकलता हों एंड यो ही हों और अजे भी समा है अजे भी टाइम है कि इन चीज़ों तो अपने आप को पिछे मोड़ लो बच जाओगे नहीं तो हालत थोड़ी भी यो ही होनी है जो इस वे यदी है हाथ जोड़ के यही कहूंगी कि मेरा साथ दिता जाए सो जिन्हें लोग मेनू प्यार करते सो मेनू सुनते हैं मेनू देखते हैं प्लीज मेरी हाथ जोड़ के बेनती है कि मेनू सपोर्ट कीते जावे ते समा जड़ा इको जिहा नहीं रहिंदा कदी भी जिन्ना मर्जी गंद पा लो परमात्मा सब देखदा उपर भी की कुछ कर रहे तुसीं दुनिया नूं तो पागल बना सकते हो दुनिया नूं तुसीं लुट सकते हो फुद्दू बना सकते हो तुसीं दबका धक्का चला सकते हो पर उस परमात्मा दे अगे तुहाडा जोर नहीं चलना उत्थे नहीं तुहाडा धक्का चलना ठीक है। तो एक ना एक दिन पापा का घड़ा जरा ना भर जाता है ना जो तो फुट जाता ना वो ये हालत हो जाती होंगी एंड से जलूस वे लो अज अज अपनी सच्चाई पेश कर रही है अज अपनी मतलब गवाहियां दे रही है अपनी सफाइया दे रही है पर फायदा कोई नहीं सारी दुनिया को पता है जी जिन्हें तेन वेख्या था ना कि तू की चीज़ है तेरा किसी ने साथ नहीं देना और वड्डा फुद्दू होएगा जिहड़ा तेरा साथ देगा कि तू जिन्नी मर्जी अज की डेट च अपनी सफाइया दे रही है ना कि मैं सच्ची हाँ मैं ते झूठा परचा होया है मैं किसी ब्लैकमेल नहीं किया मैं किसी और तू किया भी की अजकल जेड़े तू कपड़े ला ला के लोगों को तू मतलब फसाती रही है लोगों को तू अपनी वीडियो विखा विखा के लोगों को ब्लैकमेल ही तो करती रही है और करती की रही है
ਚਲੋ ਬਲੈਕਮੇਲ ਨਹੀਂ ਕਰਦੀ ਤੇ ਅੱਜ ਜਿਹੜੀ ਪੰਜਾਬ ਦੀ ਯੂਥ ਨੂੰ ਤੂੰ ਖਰਾਬ ਕੀਤਾ ਤਾ ਬੱਚਿਆਂ ਨੂੰ ਤੂੰ ਯੂਥ ਜਿਹੜੇ ਅੱਜ ਦੇ ਸਾਡੇ ਬੱਚੇ ਆ ਉਹ ਜਨਰੇਸ਼ਨ ਉਹਨਾਂ ਨੂੰ ਤੂੰ ਕੀ ਸਿਖਾ ਰਹੀ ਸੀ ਉਹਨਾਂ ਨੂੰ ਕੀ ਦਿਖਾ ਰਹੀ ਸੀ ਤੂੰ ਇਹ ਕੀ ਇਹ ਕ੍ਰਾਈਮ ਨਹੀਂ ਹੈ ਤੇ ਬਾਕੀ ਇਹੋ ਹੀ ਮੈਂ ਇੱਕ ਬਸ ਅੱਜ ਦਾ ਮੇਰਾ ਮੈਸੇਜ ਸੀਗਾ ਕਿ ਮੈਂ ਜ਼ਿਆਦਾ ਲੰਬੀ ਵੀਡੀਓ ਬਣਾ ਕੇ ਐਵੇਂ ਮੇਰੇ ਕੋਲ ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਐਂਡ ਜਿਹੜਾ ਨਾ ਮਾੜਾ ਹੀ ਹੁੰਦਾ ਔਰ ਇਹਨਾਂ ਚੀਜ਼ਾਂ ਤੋਂ ਜਿੰਨਾ ਹੋ ਸਕਦੇ ਹੋ ਬਚੋ ਇਹੋ ਜਿਹਾ ਲੋਕਾਂ ਦਾ ਐਂਡ ਕੀ ਨਿਕਲਦਾ ਤੁਹਾਡੇ ਸਾਹਮਣੇ ਹੀ ਹੈ ਤੇ ਕੋਈ ਫਾਇਦਾ ਨਹੀਂ ਹੈ ਇਹੋ ਜਿਹੀ ਚੜ੍ਹਾਈ ਦਾ ਵੀ ਜਿਹਦੇ ਵਿੱਚ ਥੋੜ੍ਹੀ ਦੇਰ ਵਾਹ ਵਾਹ ਉਸ ਤੋਂ ਬਾਅਦ ਥੂ ਥੂ ਲੋਕ ਕਰਨ ਅੱਜ ਵੇਲੇ ਐਂ ਵੇਖ ਲਓ ਅੱਜ ਥੂ ਥੂ ਹੋ ਗਈ ਸਾਰੇ ਪਾਸੇ ਤੋ ਇਸ ਕਰਕੇ ਮੇਰੇ ਵੀਰ ਮੇਰੀਆਂ ਭੈਣਾਂ ਇਹ ਚੀਜ਼ ਨੂੰ ਦੇਖ ਲਓ ਅੱਜ ਸਭ ਤੋਂ ਵੱਡਾ ਮਤਲਬ ਪਰੂਫ ਤੁਹਾਡੇ ਸਾਹਮਣੇ ਹੈ ਵੀ ਕਿੰਨੀ ਕਿਸ ਟਾਈਮ ਦੀ ਚੜ੍ਹਾਈ ਸੀ ਅੱਜ ਵੇਖ ਲਓ ਕੀ ਜਲੂਸ ਨਿਕਲਿਆ ਦਾ ਅੱਜ ਇਹਨੂੰ ਆਪਣੇ ਸਫਾਈਆਂ ਦੇਣੀਆਂ ਪੈ ਰਹੀਆਂ ਚੈਨਲ ਵਾਲਿਆਂ ਨੂੰ ਬੁਲਾਮ ਲਾ ਕੇ ਕਿ ਆਪਣੇ ਸਮਾਜ ਦੇ ਵਿੱਚ ਰਹਿ ਕੇ ਆਪਾਂ ਉਹ ਚੀਜ਼ਾਂ ਕਰੀਏ ਕਿ ਲੌਂਗ ਟਾਈਮ ਤੱਕ ਸਾਡੀ ਇੱਜ਼ਤ ਕਰਨ ਲੋਕ ਸਾਨੂੰ ਲੋਕ ਪਿਆਰ ਕਰਨ ਕੋਈ ਇਹੋ ਜਿਹੇ ਮੈਸੇਜ ਦੇਈਏ ਦੇਖੋ ਇੰਨੇ ਇੰਨੇ ਜ਼ਿਆਦਾ ਲੋਕਾਂ ਦੇ ਫੋਲੋਵਰ ਹੈ ਇਹਨਾਂ ਦੇ ਇੰਨੇ ਇੰਨੇ ਜ਼ਿਆਦਾ ਫੋਲੋਵਰ ਮੀਨਸ ਕਿ ਸਬਸਕ੍ਰਾਈਬਰ ਨੇ ਇੰਸਟਾਗ੍ਰਾਮ 'ਤੇ ਇੰਨੇ ਇੰਨੇ ਜ਼ਿਆਦਾ ਫੋਲੋਵਰ ਨੇ ਔਰ ਇਹਨਾਂ ਲੋਕਾਂ ਨੂੰ ਕਦੀ ਵੀ ਤੁਸੀਂ ਨਹੀਂ ਇਹ ਦੇਖਿਆ ਵੀ ਕਿਸੇ ਸਮਾਜ ਦੇ ਵਿੱਚ ਰਹਿ ਕੇ ਆਪਾਂ ਆਪਣੇ ਕਿ ਆਪਣੇ ਬੱਚਿਆਂ ਨੂੰ ਜਾਂ ਆਪਣੇ ਕਲਚਰ ਦੇ ਨਾਲ ਜੁੜਿਆ ਹੋਇਆ ਕੋਈ ਆਪਣੇ ਕੁਛ ਵੀ ਇੱਦਾਂ ਦਾ ਮੈਸੇਜ ਤੁਸੀਂ ਦੇਖਿਆ ਇਹਨਾਂ ਨੂੰ ਕਰੀ ਦਿੰਦੇ ਔਰ ਆਪਣੇ ਦੇਖੋ ਥੋੜ੍ਹੇ ਬਹੁਤੇ ਜੇ ਮਤਲਬ ਫੋਲੋਅਰ ਨੇ ਥੋੜ੍ਹੇ ਬਹੁਤੇ ਸਬਸਕ੍ਰਾਈਬਰ ਹੈ ਫਿਰ ਵੀ ਮੇਰਾ ਇਹੋ ਹੀ ਮੈਸੇਜ ਹੁੰਦਾ ਆ ਵੀ ਮੈਂ ਹਮੇਸ਼ਾ ਇਹੋ ਕੋਸ਼ਿਸ਼ ਕਰਦਾ ਹਾਂ ਕਿ ਮੈਨੂੰ ਜਿੰਨੇ ਜਾਣੇ ਵੀ ਦੇਖਣ ਅਤੇ ਮੇਰੇ ਮੂੰਹ 'ਚ ਕੋਈ ਇਹੋ ਜਿਹੀ ਗੱਲ ਨਿਕਲੇ ਕਿ ਜਿਹਦੇ ਨਾਲ ਮਤਲਬ ਕੋਈ ਕੰਨ 'ਚ ਕਿਸੇ ਦੇ ਆਵਾਜ਼ ਪਏ ਕੁਛ ਸੁਣਨ ਨੂੰ ਕਿ ਆਪਾਂ ਆਪਣੇ ਕਲਚਰ ਦੇ ਬਾਰੇ ਗੱਲ ਕਰੀ ਦਾ ਹਮੇਸ਼ਾ ਵੀ ਜਿੰਨੀਆਂ ਮੇਰੀਆਂ ਭੈਣਾਂ ਆ ਵੀ ਮੈਂ ਕਹਿੰਦਾ ਕਿ ਇਹ ਚੀਜ਼ਾਂ ਨਾ ਕਰੋ ਇਹਨਾਂ ਚੀਜ਼ਾਂ 'ਚ ਕੋਈ ਫਾਇਦਾ ਨਹੀਂ ਹੈ ਕੁਛ ਨਹੀਂ ਰੱਖਿਆ ਜਲੂਸ ਨਾ ਕਢਵਾਓ ਆਪਣਾ ਅਤੇ ਆਪਣੇ ਸਮਾਜ ਦਾ ਉਹ ਚੀਜ਼ਾਂ ਕਰੀਏ ਜਿਹਦੇ ਨਾਲ ਮਤਲਬ ਸਾਨੂੰ ਬੱਚੇ ਵੀ ਦੇਖਣ ਅਤੇ ਕੁਛ ਸਿੱਖਣ ਨੂੰ ਮਿਲੇ ਉਹਨਾਂ ਨੂੰ ਅਤੇ ਇਹੋ ਜਿਹਾ ਗੰਦ ਪਾ ਕੇ ਫੇਮਸ ਹੋਣ ਦਾ ਕੋਈ ਫਾਇਦਾ ਨਹੀਂ ਜਿਹਦੇ ਵਿੱਚ ਬਾਅਦ 'ਚੋਂ ਤੁਹਾਨੂੰ ਕੱਲ੍ਹ ਨੂੰ ਲੋਕ ਗਾਲਾਂ ਹੀ ਕੱਢਣ ਹੈ ਨਾ ਅਤੇ ਬਸ ਇਹੋ ਹੀ ਬਸ ਅੱਜ ਦਾ ਮੇਰਾ ਮੈਸੇਜ ਸੀਗਾ ਅਤੇ ਪਲੀਜ਼ ਬਾਕੀ ਵੀਡੀਓ ਚੰਗੀ ਲੱਗੇਗੀ ਅਤੇ ਲਾਈਕ ਕਰ ਦਿਓ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਪੂਰੀ ਔਰ ਇੱਦਾਂ ਹੀ ਬਸ ਤੁਹਾਡੇ ਲਈ ਮੈਂ ਕੁਛ ਨਾ ਕੁਛ ਮੈਸੇਜ ਜਿਹੜੇ ਗੰਦ ਪਾ ਰਹੇ ਨੇ ਉਹਨਾਂ ਦੇ ਖਿਲਾਫ ਲਿਆਉਂਦਾ ਰਹਾਂਗਾ ਵੀਡੀਓ ਬਾਕੀ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਬਹੁਤ ਬਹੁਤ।